गड्डी इत्थे नेड़े ले आंदी सफेदियां च। जामन नूं बूर तां पै गया तकरीबन, दो वारी आपां नरमा जिहड़ा आपणा करंट हो गया सीगा। बंदे दा सब्जी दे फल फरूट खरीदण नूं वी जी करदा, करोना जिहा करके ऐ लगदा वी किते इहनूं हत्थ हुत्थ ना लगे होण उह जे बंदिआं दे। ਲਿਬੜਿਆ ਕਿਹੜਾ ਹੱਥ ਲਿਬੜਿਆ, ਕੀ ਹੋ ਗਿਆ, ਕੀ ਹੋ ਗਿਆ ਹੱਥਾਂ ਨੂੰ? ਜਾਮਨ ਨੂੰ ਬੂਰ ਤਾਂ ਪੈ ਗਿਆ ਤਕਰੀਬਨ, ਐਤਕੀ ਲੱਗਣਗੇ ਜਾਮਨ। ਪਿਛਲੀ ਵਾਰੀ ਨਾ ਇਹ ਅੱਗ ਲਾਈ ਸੀਗੀ ਉਧਰੋਂ ਅੱਗ ਲਾਈ ਤੇ ਅੱਗ ਜਦੋਂ ਲਾਈ ਉਹਨਾਂ ਨੇ ਤੇ ਉਹ ਸਾਡੇ ਵੀ ਗਾਂ ਦੀ ਗਾਂ ਆ ਕੇ ਤੇ ਜਾਮਨ ਨੂੰ ਸੇਕ ਜਿਹਾ ਜਾਵੜਿਆ ਸੀ, ਇਹਨੂੰ ਲੱਗੇ ਹੀ ਨਹੀਂ ਜਾਮਨ ਪਿਛਲੀ ਵਾਰੀ, ਤੇ ਇਸ ਵਾਰੀ ਲੱਗਣਗੇ ਇਹਨੂੰ। ਇਸ ਵਾਰੀ ਬੂਰ ਵਾਹਵਾ ਪਿਆ ਵਿਆ, ਵੇਖੋ ਬੂਰ ਹੈਗਾ ਐਤਕੀ, ਐਤਕੀ ਜਾਮਨ ਲੱਗਣਗੀਆਂ। ਦੋ ਵਾਰੀ ਕਰੰਟ ਭੰਨੀ ਹੈ ਨਰਮੇ ਦੀ, ਅਤੇ ਆਹ ਹੁਣ ਜਿਹੜਾ ਪਾਣੀ ਲਾਇਆ ਇਹਦਾ ਇਹ ਫਾਇਦਾ, ਇੱਕ ਤਾਂ ਵਾਹਣ ਠੰਡਾ ਹੋ ਗਿਆ, ਇੱਕ ਜਿਹੜਾ ਘਾਹ ਘੂਹ ਹੁੰਦਾ ਜਿਹੜਾ ਇਹ ਮਾੜਾ ਮੋਟਾ ਉੱਗਰਿਆ ਆਊਗਾ, ਹੁਣ ਫਿਰ ਵਾਹ ਕੇ ਰੱਖ ਦਾਂਗੇ ਸੁੱਕ ਜੂਗਾ ਉਸ ਹਿਸਾਬ ਨਾਲ। ਇਹਦਾ ਇਹ ਫਾਇਦਾ ਪਾਣੀ ਲਾਉਣ ਦਾ, ਹੁਣ ਇਹ ਸੁੱਕ ਜੂਗਾ ਘਾਹ, ਜਦੋਂ ਮੰਨ ਲਓ ਵਾਹ ਤਾਂ ਆਪਾਂ ਤਾਂ ਘਾਹ ਸੁੱਕ ਜੂ ਜੜਾਂ ਜੁੜਾਂ ਹੀ ਇਹਦੀਆਂ, ਪਾਣੀ ਲਾਉਣ ਨਾਲ ਉੱਗਰਿਆ ਹੁੰਦਾ। ਜੇ ਫਿਰ ਨਾ ਲਾਈਏ ਕਬਾਨ ਨਹੀਂ ਠੰਡਾ ਹੁੰਦਾ, ਇੱਕ ਘਾਹ ਨਹੀਂ ਉੱਗਰਦਾ। ਮੈਂ ਇੱਧਰ ਆਇਆ ਸੀ ਤਾਏ ਗਿਆ ਵਾਲੇ ਪਾਸੇ, ਸਪਰੇ ਕਰੀ ਜਾਂਦਾ ਖਾਲ 'ਤੇ, ਨਰਮਾ ਬੀਜਿਆ ਇਹਨਾਂ ਨੇ ਅਤੇ ਮੀਂਹ ਜਿਹਾ ਪੈ ਗਿਆ ਅਤੇ ਮਾੜਾ ਮੋਟਾ ਕਰੰਟ ਜਿਹਾ ਵੀ ਹੋ ਗਿਆ ਵਿੱਚੋਂ, ਇਹ ਉੱਗਰਿਆ ਵੀ ਆਉਂਦਾ ਨਾ, ਤਾਂ ਕਰੰਟ ਭੰਨਣ ਜੋਗਾ ਬੰਦਾ ਅਤੇ ਨਾ ਇਹ, ਹੁਣ ਇਹ 'ਚ ਬੀਜ ਲਾਉਣਾ ਪੈਣਾ ਜਿੱਥੇ ਵਿਰਲਾ, ਜਿੱਥੇ ਬੀਜ ਨਹੀਂ ਉੱਗਰਿਆ। ਆਪਾਂ ਆਏ ਸੀਗੇ ਖੇਤ, ਮੌਸਮ ਜਿਹਾ ਬਹੁਤ ਵਧੀਆ ਸੀਗਾ ਅਤੇ ਇਸ ਕਰਕੇ ਅਸੀਂ ਆਖਿਆ ਵੀ ਖੇਤ ਹੀ ਜਾਵੜ ਗਏ ਅੱਜ, ਵੇਖ ਆਈਏ ਘੁੰਮ ਫਿਰ ਆਈਏ। ਖੇਤ ਆਇਆ ਸੀਗਾ ਮੈਂ ਅਤੇ ਗੱਡੀ ਇੱਥੇ ਨੇੜੇ ਲੈ ਆਉਂਦੀ ਸੀ ਸਫੇਦਿਆਂ 'ਚ। ਤਾਰ ਟੱਪ ਗਏ ਥੱਲੋਂ ਦੀ, ਇੱਥੋਂ ਮੋੜ ਲੈਂਦੇ ਹਾਂ ਇਹ, ਹੁਣ ਚੱਲ ਗਏ ਘਰੇ। ਉੱਥੋਂ ਕਰ ਲੈਂਦੇ ਬੈਗ ਸੁਹਾਗੇ ਜੇ ਕੋਲ, ਅਤੇ ਜਾਂ ਫਿਰ ਪਿੱਛੇ ਲੈ ਜਾਵਾਂਗੇ। ਆਪਾਂ ਆਏ ਸੀਗੇ ਮੁਕਤਸਰ, ਇੱਕ ਤਾਂ ਸਬਜ਼ੀ ਲੈਣੀ ਸੀ, ਇੱਕ ਫਰੂਟ ਲੈਣੇ ਸੀਗੇ, ਫਰੂਟ ਆਪਾਂ ਲੈ ਲਏ ਆ, ਅਤੇ ਹੁਣ ਆਪਾਂ ਚੱਲੇ ਹਾਂ ਪਿੰਡ ਵਾਪਸ। ਬੰਦੇ ਦਾ ਸਬਜ਼ੀ ਦੇ ਫਲ ਫਰੂਟ ਖਰੀਦਣ ਨੂੰ ਵੀ ਜੀ ਕਰਦਾ, ਕਰੋਨਾ ਜਿਹਾ ਕਰਕੇ ਐਂ ਲੱਗਦਾ ਵੀ ਕਿਤੇ ਇਹਨੂੰ ਹੱਥ ਹੁੱਥ ਨਾ ਲੱਗੇ ਹੁਣ ਉਹ ਜੇ ਬੰਦਿਆਂ ਦੇ, ਥੋੜ੍ਹਾ ਜਿਹਾ ਡਰ ਜਿਹਾ ਹੁੰਦਾ। ਵੈਸੇ ਧੋ ਲਏ ਜਾਂ ਮਾੜਾ ਮੋਟਾ ਧੁੱਪੇ ਰੱਖ ਲਏ, ਇੰਨੀ ਨਾ ਸੈਟਿੰਗ ਹੋ ਜਾਂਦੀ, ਸਹੀ ਹੋ ਜਾਂਦਾ ਕੰਮ। ਖਾਣ ਵਾਹਵਾ ਕੱਢ ਗਿਆ ਹੁਣ ਤਾਂ, ਜਦੋਂ ਜਮ੍ਹਾਂ ਕਿਨਾਰੀਆਂ ਤੱਕ ਆ ਗਏ ਉਦੋਂ ਹੀ ਕਰਾਂਗੇ ਬੰਦ ਆਪਾਂ, ਜਿੰਨੇ ਵਾਲੇ ਦਵਾਈ ਗਏ ਓਨਾ ਹੀ ਸਵਾਦ ਬੰਦ ਆ। ਬਸ ਹੀ ਕਰ ਗਏ ਹੁਣ ਤਾਂ, ਸਿਰੇ 'ਤੇ ਹੀ ਆ ਗਿਆ ਕੰਮ। ਹੁਣ ਇਹਨੂੰ ਕਰਕੇ ਠੰਡਾ, ਕੀ ਹੋ ਗਿਆ ਇੰਨਾ ਹੱਸਾਂ ਦਾ ਹੈਂ? ਕਿੱਧਰ ਉੱਠ ਕੇ ਕਿੱਧਰ ਚੱਲਿਆ? ਉੱਠ ਕੇ ਹਲੇ ਆ ਵੇਖੀ, ਨੱਕ ਕੋਲੇ ਕਰੀ, ਥੱਲੇ ਕਰੀ ਹੱਥ, ਖੜ ਜਾ ਕੰਨ, ਕੰਨ 'ਚ ਟੰਗ ਕੇ, ਕੰਨ 'ਚ, ਕੰਨ 'ਚ ਹੱਥ ਲਿਬੜ ਗਏ, ਕੋਈ ਨੀ। ਕਿਹੜਾ ਹੱਥ ਲਿਬੜਿਆ, ਕਿਹੜਾ ਹੱਥ ਲਿਬੜਿਆ, ਕੀ ਹੋ ਗਿਆ, ਕੀ ਹੋ ਗਿਆ ਹੱਥਾਂ ਨੂੰ? ਝਾੜ ਲਾ, ਝਾੜ ਲਾ ਹੱਥ, ਝਾੜ ਲਾ, ਹਾਂ ਆਪਦੇ ਕੱਪੜਿਆਂ ਨਾਲ ਪੂੰਝ ਲੈ,
आपके कपड़े नाल इत्थे वेखी ऐ पूंझ ला पूंझ ला।